ਨਿਊਯਾਰਕ ਵਿੱਚ ਇੱਕ ਬਜ਼ੁਰਗ ਸਿੱਖ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ। ਇਹ ਘਟਨਾ ਨਿਊਯਾਰਕ ਸਿਟੀ ਦੇ ਕੇਵ ਗਾਰਡਨ ਵਿੱਚ ਵਾਪਰੀ। ਦਰਅਸਲ ਪਿਛਲੇ ਹਫਤੇ 19 ਅਕਤੂਬਰ ਨੂੰ ਇੱਥੇ ਦੋ ਕਾਰਾਂ ਦੀ ਆਪਸ ਵਿੱਚ ਟੱਕਰ ਹੋ ਗਈ। ਜਿਸ ਵਿੱਚ ਇੱਕ ਬਜ਼ੁਰਗ ਸਿੱਖ ਵਿਅਕਤੀ ਜਸਮੀਰ ਸਿੰਘ ਜੀ ਨਾਦੀ ਉਮਰ 60 ਸਾਲ ਸੀ ਉਹ ਸਵਾਰ ਸਨ। ਤਾਂ ਦੂਸਰੀ ਕਾਰ ਦੇ ਵਿੱਚ 30 ਸਾਲ ਦਾ ਨੌਜਵਾਨ ਗਿਲਬਰਟ ਆਕਸਟਨਸ ਵਾਰਸੀ ਹਾਦਸੇ ਦੌਰਾਨ ਦੂਆ ਕਾਰਾ ਮਾਮੂਲੀ ਰੂਪ ਵਿੱਚ ਨੁਕਸਾਨੀ ਗਈਆਂ ਸੀ ਪਰ ਇੱਕ ਟੱਕਰ ਕਾਰਨ ਗੁੱਸੇ ਵਿੱਚ ਆਏ 30 ਸਾਲਾ ਗਿਲਬਰਟ ਨੇ ਬਜ਼ੁਰਗ ਜਸਮੀਰ ਸਿੰਘ ਤੇ ਹਮਲਾ ਕਰ ਦਿੱਤਾ ਬਜ਼ੁਰਗ ਸਿੱਖ ਤੇ ਲਗਾਤਾਰ ਮੁੱਕਿਆਂ ਨਾਲ ਕਈ ਵਾਰ ਕਿਤੇ ਗਏ ਜਿਸ ਕਾਰਨ ਜਸਮੀਰ ਸਿੰਘ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਜ਼ਖਮੀ ਹਾਲਤ ਵਿੱਚ ਉਹਨਾਂ ਨੂੰ ਨਿੱਜੀ ਹਸਪਤਾਲ ਦੇ ਮੈਡੀਕਲ ਸੈਂਟ ਵਿੱਚ ਪਹੁੰਚ ਕਰਵਾਇਆ ਗਿਆ ਪਰ ਸਿਰ ਵਿੱਚ 6 ਲਗਨ ਕਾਰਨ ਉਹਨਾਂ ਦੀ 20 ਅਕਤੂਬਰ ਨੂੰ ਮੌਤ ਹੋ ਗਈ। ਇਸ ਘਟਨਾ ਪ੍ਰਤੀ ਨਿਊਯਾਰਕ ਸਿਟੀ ਦੇ ਮੇਅਰ ਐਰਿਕ ਐਡਮਲਸ ਨੇ ਦੁੱਖ ਜ਼ਾਹਰ ਕੀਤਾ। ਮੇਅਰ ਨੇ ਟਵੀਟ ਕਰਦੇ ਹੋਏ ਕਿਹਾ ਕਿ ਜਸਮੀਰ ਸਿੰਘ ਨਿਊਯਾਰਕ ਸਿਟੀ ਨੂੰ ਪਿਆਰ ਕਰਦੇ ਸਨ ਅਤੇ ਉਸ ਦੀ ਦੁਖਦਾਈ ਮੌਤ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ। ਸਾਰੇ ਨਿਊਯਾਰਕ ਵਾਸੀਆਂ ਦੀ ਤਰਫੋਂ ਮੈਂ ਚਾਹੁੰਦਾ ਹਾਂ ਕਿ ਸਾਡਾ ਸਿੱਖ ਪਾਇ ਇਸ਼ਾਰਾ ਇਹ ਜਾਣੇ ਕਿ ਅਸੀਂ ਉਹਨਾਂ ਦੇ ਨਾਲ ਹਾਂ। ਅਸੀਂ ਅਜਿਹੀ ਨਫ਼ਰਤੀ ਭਰੇ ਹਮਲੇ ਦੀ ਨਿੰਦਾ ਕਰਦੇ ਹਾਂ ਅਤੇ ਸਿੱਖ ਭਾਈਚਾਰੇ ਦੀ ਸੁਰੱਖਿਆ ਲਈ ਮੌਜੂਦ ਹਾਂ ਨਿਊਯਾਰਕ ਆਧਾਰਿਤ ਡੇਲੀ ਨਿਊਜ਼ ਮੁਤਾਬਕ ਗਿਲਬਰਟ ਆਕਸਟਰਨ ਨੂੰ 20 ਅਕਤੂਬਰ ਨੂੰ ਗ੍ਰਫਤਾਰ ਕੀਤਾ ਗਿਆ ਸੀ ਅਤੇ ਉਸਤੇ ਹੋਰ ਇਲਜ਼ਾਮਾਂ ਦੇ ਨਾਲ ਕਤਲ ਅਤੇ ਹਮਲੇ ਦੇ ਦੋਸ਼ ਲਗਾਏ ਗਏ ਸਨ ਪੁਲਿਸ ਨੇ ਦੱਸਿਆ ਕਿ ਜਸਮੀਰ ਸਿੰਘ ਅਤੇ ਆਕਸਟਰਨ 19 ਅਕਤੂਬਰ ਨੂੰ ਦੁਪਹਿਰ 12 ਵਜੇ ਦੇ ਕਰੀਬ ਕੇਵ ਗਾਰਡਨ ਵਿੱਚ Hillside Avenue ਨੇੜੇ Van Wyck Expressway ਤੇ ਟਕਰਾ ਗਏ ਸਨ ਅਤੇ ਦੋਵਾਂ ਕਾਰਾਂ ਦੇ ਡੈਂਟ ਅਤੇ ਸਕ੍ਰੈਚ ਆ ਗਏ ਸਨ। ਨਿਊਯਾਰਕ ਵਿੱਚ ਇੱਕ ਬਜ਼ੁਰਗ ਸਿੱਖ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ। ਇਹ ਘਟਨਾ ਨਿਊਯਾਰਕ ਸਿਟੀ ਦੇ ਕੇਵ ਗਾਰਡਨ ਵਿੱਚ ਵਾਪਰੀ। ਦਰਅਸਲ ਪਿਛਲੇ ਹਫਤੇ 19 ਅਕਤੂਬਰ ਨੂੰ ਇੱਥੇ ਦੋ ਕਾਰਾਂ ਦੀ ਆਪਸ ਵਿੱਚ ਟੱਕਰ ਹੋ ਗਈ ਜਿਸ ਵਿੱਚ ਇੱਕ ਬਜ਼ੁਰਗ ਸਿੱਖ ਵਿਅਕਤੀ ਜਸਮੀਰ ਸਿੰਘ ਜੀ ਨਾਦੀ ਉਮਰ 60 ਸਾਲ ਸੀ ਉਹ ਸਵਾਰ ਸਨ। ਤਾਂ ਦੂਸਰੀ ਕਾਰ ਦੇ ਵਿੱਚ 30 ਸਾਲ ਦਾ ਨੌਜਵਾਨ ਗਿਲਬਰਟ ਆਕਸਟਨਸ ਵਾਰਸੀ ਹਾਸੇ ਦੌਰਾਨ ਧੂਆ ਕਾਰਾ ਮਾਮੂਲੀ ਰੂਪ ਵਿੱਚ ਨੁਕਸਾਨੀ ਗਈਆਂ ਸੀ ਪਰ ਇੱਕ ਟੱਕਰ ਕਾਰਨ ਗੁੱਸੇ ਵਿੱਚ ਆਏ 30 ਸਾਲਾ ਗਿਲਬਰਟ ਨੇ ਬਜ਼ੁਰਗ ਜਸਪੀਰ ਸਿੰਘ ਤੇ ਹਮਲਾ ਕਰ ਦਿੱਤਾ ਬਜ਼ੁਰਗ ਸਿੱਖ ਤੇ ਲਗਾਤਾਰ ਮੁੱਕਿਆਂ ਨਾਲ ਕਈ ਵਾਰ ਕਿਤੇ ਗਏ ਜਿਸ ਕਾਰਨ ਜਸਪੀਰ ਸਿੰਘ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਜ਼ਖਮੀ ਹਾਲਤ ਵਿੱਚ ਉਹਨਾਂ ਨੂੰ ਨਿੱਜੀ ਹਸਪਤਾਲ ਦੇ ਮੈਡੀਕਲ ਸੈਂਟਰ ਵਿੱਚ ਭੇਤੀ ਕਰਵਾਇਆ ਗਿਆ ਪਰ ਸਿਰ ਵਿੱਚ ਸੱਟ ਲੱਗਨ ਕਾਰਨ ਉਹਨਾਂ ਦੀ 20 ਅਕਤੂਬਰ ਨੂੰ ਮੌਤ ਹੋ ਗਈ। ਇਸ ਘਟਨਾ ਪ੍ਰਤੀ ਨਿਊਯਾਰਕ ਸਿਟੀ ਦੇ ਮੇਅਰ ਐਰਿਕ ਐਡਮਲਸ ਨੇ ਦੁੱਖ ਜ਼ਾਹਰ ਕੀਤਾ। ਮੇਅਰ ਨੇ ਟਵੀਟ ਕਰਦੇ ਹੋਏ ਕਿਹਾ ਕਿ ਜਸਮੀਰ ਸਿੰਘ ਨਿਊਯਾਰਕ ਸਿਟੀ ਨੂੰ ਪਿਆਰ ਕਰਦੇ ਸਨ ਅਤੇ ਉਸ ਦੀ ਦੁਖਦਾਈ ਮੌਤ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ। ਸਾਰੇ ਨਿਊਯਾਰਕ ਵਾਸੀਆਂ ਦੀ ਤਰਫੋਂ ਮੈਂ ਚਾਹੁੰਦਾ ਹਾਂ ਕਿ ਸਾਡਾ ਸਿੱਖ ਪਾਇਸ਼ਾਰਾ ਇਹ ਜਾਣੇ ਕਿ ਅਸੀਂ ਉਹਨਾਂ ਦੇ ਨਾਲ ਹਾਂ। ਅਸੀਂ ਅਜਿਹੀ ਨਫਰਤੀ ਭਰੇ ਹਮਲੇ ਦੀ ਨਿੰਦਾ ਕਰਦੇ ਹਾਂ ਅਤੇ ਸਿੱਖ ਭਾਈਚਾਰੇ ਦੀ ਸੁਰੱਖਿਆ ਲਈ ਮੌਜੂਦ ਹਾਂ ਨਿਊਯਾਰਕ ਆਧਾਰਿਤ ਡੇਲੀ ਨਿਊਜ਼ ਮੁਤਾਬਕ ਗਿਲਬਰਟ ਆਕਸਟਰਨ ਨੂੰ 20 ਅਕਤੂਬਰ ਨੂੰ ਗ੍ਰਫਤਾਰ ਕੀਤਾ ਗਿਆ ਸੀ ਅਤੇ ਉਸਤੇ ਹੋਰ ਇਲਜ਼ਾਮਾਂ ਦੇ ਨਾਲ ਨਾਲ ਕਤਲ ਅਤੇ ਹਮਲੇ ਦੇ ਦੋਸ਼ ਲਗਾਏ ਗਏ ਸਨ ਪੁਲਿਸ ਨੇ ਦੱਸਿਆ ਕਿ ਜਸਮੀਰ ਸਿੰਘ ਅਤੇ ਆਕਸਟਰਨ 19 ਅਕਤੂਬਰ ਨੂੰ ਦੁਪਹਿਰ 12 ਵਜੇ ਦੇ ਕਰੀਬ ਕੇਵ ਗਾਰਡਨ ਵਿੱਚ ਹਿਲ ਸਾਈਡ ਐਵੇਨਿਊ ਨੇੜੇ ਵੈਨ ਵਿਕ ਐਕਸਪ੍ਰੈਸਵੇ ਤੇ ਟਕਰਾ ਗਏ ਸਨ ਅਤੇ ਦੋਵਾਂ ਕਾਰਾਂ ਦੇ ਡੈਂਟ ਅਤੇ ਸਕ੍ਰੈਚ ਆ ਗਏ ਸਨ